ਡਿਵੈਲਪਮੈਂਟ ਹੋਈ ਆ ਪੋਲੀਟੀਕਲ, ਤੋਂ ਐਸ ਆਈ ਟੀ ਨੇ ਚਲਾਨ ਪੇਸ਼ ਕੀਤਾ 28 ਮਈ ਫਰੀਦਕੋਟ ਦੀ ਅਦਾਲਤ ਵਿੱਚ। ਉਹਦੇ ਚ ਹੁਣ ਸਪਸ਼ਟ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਤੇ ਜਿਹੜੀ ਸਾਜਿਸ਼ ਦੇ ਦੋਸ਼ੀ ਨੇ ਉਹ 3 ਵਿਅਕਤੀਆਂ ਨੂੰ ਹੋਲਡ ਕੀਤਾ ਐਸ ਆਈ ਟੀ ਨੇ। ਸੁਖਬੀਰ ਸਿੰਘ ਬਾਦਲ, ਉਸ ਵਕਤ ਦੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਡੇਰਾ ਮੁਖੀ ਸੱਚਾ ਸੌਦਾ, ਇਹਨਾਂ ਤਿੰਨਾਂ ਦੀ ਸਾਜਿਸ਼ ਦੇ ਤਹਿਤ ਰਿਪੀਟਿਡਲੀ 2015 ਵਿੱਚ ਜਿਹੜੇ 15 ਇੰਸੀਡੈਂਟਸ ਹੋਏ ਨੇ, ਇੰਕਲੂਡਿੰਗ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੇ ਇੰਸੀਡੈਂਟਸ, ਉਹ ਸਾਰੇ ਐਸ ਆਈ ਟੀ ਨੇ ਉਸ ਸਾਰੀਆਂ ਬੇਅਦਬੀਆਂ ਲਈ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸੱਚਾ ਸੌਦਾ ਦਾ ਗੁਰਮੀਤ ਰਾਮ ਰਹੀਮ ਨੂੰ ਅਤੇ ਸੁਮੇਧ ਸਿੰਘ ਸੈਣੀ ਨੂੰ ਦੋਸ਼ੀ ਪਾਇਆ ਹੈ। ਇਸ ਲਈ ਸਭ ਤੋਂ ਪਹਿਲਾਂ ਕੇਸ ਤੋਂ ਅੱਗੇ ਮੈਂ ਕੋਈ ਗੱਲ ਹੋਰ ਮੰਗ ਅੱਗੇ ਚੱਲਾਂ, ਮੈਂ ਮੰਗ ਕਰਦਾ ਅਸੀਂ ਪੰਜਾਬ ਦੇ ਲੋਕ, ਨਾ ਸਿਰਫ ਕੋਈ ਇੱਕ ਪਾਰਟੀ ਨਾ ਕੋਈ ਇੱਕ ਵਰਗ, ਬਲਕਿ ਸਮੂਹ ਪੰਜਾਬ ਦੇ ਲੋਕ ਇਹ ਮੰਗ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਵਾ। ਔਰ ਸਿੱਖ ਆਵਾਮ ਦੇ ਕੋਲੋਂ ਡੇਰਾ ਜੋ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਨੇ, ਉਹਨਾਂ ਕੋਲੋਂ ਇੱਕ ਪਬਲਿਕ ਅਪੋਲੋਜੀ, ਜਨਤਕ ਮਾਫ਼ੀ ਮੰਗਣੀ ਚਾਹੀਦੀ ਆ, ਜੋ ਇਹਨੇ ਭੰਬੜ ਭੂਸਾ ਪਾਇਆ ਇੰਨੇ ਸਾਲ ਲੋਕਾਂ ਨੂੰ ਇਹ ਸਾਰੀ ਗੱਲ ਦੇ ਉੱਤੇ ਜਿਹੜਾ ਮਿਸਲੀਡ ਕੀਤਾ ਔਰ ਬਹੁਤ ਉਲਟੇ ਇਲਜ਼ਾਮ ਲਾਏ ਸਿੱਖ ਜਥੇਬੰਦੀਆਂ 'ਤੇ, ਅਤੇ ਬਹੁਤ ਸਾਰੇ ਲੋਕਾਂ ਨੂੰ ਟੋਰਚਰ ਕਰਵਾਇਆ ਗਿਆ ਜਾਣਦਿਆਂ ਹੋਇਆਂ ਕਿ ਬੇਅਦਬੀਆਂ ਆਪ ਹੀ ਕਰਵਾਈਆਂ ਸੁਖਬੀਰ ਸਿੰਘ ਨੇ, ਅਤੇ ਲੋਕਾਂ ਨੂੰ ਟੋਰਚਰ ਕਰਵਾ ਕੇ ਉਹਦੇ 'ਤੇ ਬਹੁਤ ਜ਼ੁਲਮ ਢਾਇਆ ਇਸ ਬੰਦੇ ਨੇ। ਔਰ ਇਹਦਾ ਜਿਹੜਾ ਥੋੜ੍ਹਾ ਜਿਹਾ ਪਿਛੋਕੜ ਅਗਰ ਆਪਾਂ ਝਾਕ ਮਾਰਾਂਗੇ ਤਾਂ ਸਿੱਧਾ ਸਿੱਧਾ ਕਨੈਕਟ ਹੁੰਦਾ ਕਿ ਇਹਨਾਂ ਦਾ ਕਿਸ ਤਰ੍ਹਾਂ ਬਾਦਲ ਦੇ ਪਰਿਵਾਰ ਦੀ ਸ਼ਮੂਲੀਅਤ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਹੋਈ ਆ, ਉਹ ਸਾਰੇ ਤੱਤ ਤੁਹਾਡੇ ਸਾਹਮਣੇ ਆਰਾਮ ਨਾਲ ਇੱਕ ਸੀਰੀਜ਼ ਬਣ ਜਾਂਦੀ ਆ ਸਾਰੀ ਈਵੈਂਟ ਦੀ। ਜਦੋਂ 2007 ਵਿੱਚ ਡੇਰਾ ਮੁਖੀ ਰਾਮ ਰਹੀਮ ਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਦੀ ਬੇਅਦਬੀ ਕੀਤੀ ਸੀ, ਪਹਿਨ ਕੇ ਬੇਅਦਬੀ, ਉਸ ਪੋਸ਼ਾਕ ਨੂੰ ਪਹਿਨ ਕੇ ਪਹਿਲਾ ਜਿਹੜਾ ਘਟਨਾਕ੍ਰਮ ਵੱਡਾ ਬੇਅਦਬੀ ਦਾ ਹੋਇਆ ਸੀਗਾ। 2007 ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਉਹਦੇ ਖਿਲਾਫ ਜਿਹੜਾ ਔਰ ਉਹ ਸਾਰੇ ਚਾਰਜਸ ਜਿਹੜੇ ਸੀ ਐਫ ਆਈ ਆਰ ਦੇ ਉਹ ਬਠਿੰਡਾ ਦੀ ਅਦਾਲਤ ਵਿੱਚ ਪਹੁੰਚ ਗਏ। ਲੇਕਿਨ 7 ਤੋਂ ਲੈ ਕੇ 12 ਤੱਕ ਇਸ ਸਾਰੀ ਤਹਿਕੀਕਾਤ ਦੇ ਉੱਤੇ ਕੋਈ ਇੰਪੋਰਟੈਂਟ ਤੱਥ ਪੰਜਾਬ ਦੀ ਪੁਲਿਸ ਜਾਣ ਕੇ ਨਹੀਂ ਪੇਸ਼ ਕੀਤੇ ਬਠਿੰਡਾ ਦੀ ਅਦਾਲਤ ਵਿੱਚ, ਕਿਉਂਕਿ ਇਸ ਦਰਮਿਆਨ ਬਾਦਲ ਦੇ ਟੱਬਰ ਨੇ ਅਤੇ ਗੁਰੂ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੇ ਆਪਸ ਵਿੱਚ ਵੋਟਾਂ ਦੀ ਲੈਣ ਦੇਣ ਦੀ ਜਿਹੜੀ ਸੀਗੀ ਗੱਠਜੋੜ ਉਹ ਕਰ ਚੁੱਕੇ ਸੀ। ਔਰ 2012 'ਚ ਸਰਕਾਰ ਛੱਡਣ ਤੋਂ ਪਹਿਲਾਂ ਬਠਿੰਡਾ ਦੀ ਅਦਾਲਤ ਵਿੱਚ ਬਾਦਲ ਦੀ ਪੁਲਿਸ, ਇਹੀ ਪੁਲਿਸ ਕੈਂਸਲੇਸ਼ਨ ਰਿਪੋਰਟ ਫਾਈਲ ਕਰਦੀ ਆ ਜਿਹੜਾ ਪੋਸ਼ਾਕ ਨੂੰ ਲੈ ਕੇ ਬੇਅਦਬੀ ਦਾ ਮਾਮਲਾ ਰਜਿਸਟਰ ਹੋਇਆ ਸੀਗਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਬਠਿੰਡੇ। ਔਰ ਸਾਡਾ ਮੰਨਣਾ ਵਾ ਕਿ ਇਹ ਇਸ ਲਈ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਗਈ ਕਿਉਂਕਿ ਪਹਿਲਾਂ ਇਸ ਬੇਅਦਬੀ ਨੂੰ ਪ੍ਰੈਸ਼ਰ ਵਜੋਂ ਵਰਤ ਕੇ ਉਸ ਡੇਰੇ ਦੇ ਮੁਖੀ ਦੇ ਉੱਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਗਿਆ, ਅਤੇ ਜਦੋਂ ਉਸ ਨਾਲ 2012 ਵਿੱਚ ਸਮਝੌਤਾ ਹੋ ਗਿਆ ਵੋਟਾਂ ਦਾ, ਤਾਂ ਉਸ ਵੇਲੇ ਬਾਦਲ ਦੀ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਫਾਈਲ ਕਰਤੀ। ਇਹ ਕੇਸ ਮੁੜ ਕੇ 2014 ਵਿੱਚ ਫੋਰ ਵਾਂਟ ਆਫ ਐਵੀਡੈਂਸ, ਫੋਰ ਨੋਨ ਪ੍ਰੈਜੈਂਟੇਸ਼ਨ ਆਫ ਚਾਰਜ ਸ਼ੀਟ, ਇਹ ਜਿਹੜਾ ਸੀਗਾ ਕੇਸ 2014 ਵਿੱਚ ਅਦਾਲਤ ਨੇ ਇਸ ਨੂੰ ਡਿਸਮਿਸ ਕਰ ਦਿੱਤਾ।
ਤਾਂ ਸਾਡਾ ਇਹ ਮੰਨਣਾ ਕਿ ਬੇਸ ਜਿਹੜਾ ਸੀਗਾ ਆਧਾਰ ਬਣਾਇਆ ਗਿਆ ਬੇਅਦਬੀ ਦਾ ਔਰ ਜੋ ਸੁਖਬੀਰ ਬਾਦਲ ਦੀ ਮਿਲੀਭੁਗਤ ਸੀਗੀ ਇਹ 2012 ਦੀ ਕੈਂਸਲੇਸ਼ਨ ਰਿਪੋਰਟ ਵਿੱਚ ਸਾਬਤ ਹੋ ਜਾਂਦੀ। ਉਹਨਾਂ ਦੇ ਹੌਸਲੇ ਬੁਲੰਦ ਹੋ ਗਏ, ਉਹਨਾਂ ਨੇ ਕਿਹਾ ਕਿ ਸਾਡਾ ਕੀ ਵਿਗਾੜ ਲਿਆ ਅਖੌਤੀ ਅਕਾਲੀ ਸਰਕਾਰ ਨੇ, ਸਾਡਾ ਕੀ ਵਿਗਾੜ ਲਿਆ ਪੰਜਾਬ ਦੀ ਸਰਕਾਰ ਨੇ, ਅਸੀਂ ਬੇਅਦਬੀ ਵੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੋਸ਼ਾਕ ਪਹਿਨ ਕੇ ਉਹਦੀ ਬਰਾਬਰਤਾ ਕੀਤੀ ਆ, ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਵਜੋਂ ਪੇਸ਼ ਕਰ ਦਿੱਤਾ, ਇਹਨਾਂ ਨੇ ਕੀ ਵਿਗਾੜ ਲਿਆ ਮੇਰਾ। ਉਸ ਤੋਂ ਬਾਅਦ ਜਿਹੜੀਆਂ ਬੇਅਦਬੀਆਂ ਦਾ ਲੜੀ ਸ਼ੁਰੂ ਹੋਈ, ਇਹ ਸਾਰਾ ਕੁਛ ਸੁਖਬੀਰ ਬਾਦਲ ਦੀ ਨੌਲੇਜ ਵਿੱਚ ਸੀ ਐਸ ਪਰ ਦੀ ਐਸ ਆਈ ਟੀ ਚਲਾਨ ਪ੍ਰੈਜੈਂਟਡ ਔਨ 28। ਔਰ ਉਸ ਤੋਂ ਬਾਅਦ ਸੁਖਬੀਰ ਨੇ ਬਜਾਏ ਗੁਨਾਹਗਾਰਾਂ ਤੇ ਐਕਸ਼ਨ ਲੈਣ ਦੇ, ਹਾਲਾਂਕਿ ਉਹਨਾਂ ਨੇ ਪੋਸਟਰ ਲਾ ਕੇ ਛਾਪ ਦਿੱਤਾ ਸੀਗਾ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਕਿ ਤੁਹਾਡੇ ਗੁਰੂ ਨੂੰ ਅਸੀਂ ਚੱਕ ਲਵਾਂਗੇ ਤੇ ਅਗਰ ਬਚਾ ਸਕਦੇ ਤਾਂ ਬਚਾ ਲਓ। ਇਹ ਸਾਰੀਆਂ ਵਾਰਨਿੰਗ ਸੀਗੀਆਂ ਔਰ ਸੁਖਬੀਰ ਬਾਦਲ ਦੀ ਨੌਲੇਜ ਵਿੱਚ ਸੀਗਾ ਤੇ ਇਹਨਾਂ ਨੇ ਕੁਛ ਨਹੀਂ ਕੀਤਾ ਤੇ ਅਲਟੀਮੇਟਲੀ ਇੱਕ ਸੀਰੀਜ਼ ਆਫ ਜਿਹੜਾ ਬੇਅਦਬੀਆਂ ਦਾ ਇੱਕ ਚੱਲਿਆ ਸਿਲਸਿਲਾ ਪੰਜਾਬ ਦੇ ਵਿੱਚ ਲੋਕਾਂ ਦੇ ਜਜ਼ਬਾਤ ਭੜਕੇ। ਔਰ ਇਹ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਮੈਂ ਪੰਜ ਗ੍ਰਾਈ ਦੇ ਦੋ ਨੌਜਵਾਨ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੇ ਚੱਡੇ ਪੜਵਾ ਤੇ ਥਰਡ ਡਿਗਰੀ ਟੋਰਚਰ ਕੀਤਾ ਔਰ ਉਹਨਾਂ ਨੂੰ ਜਾ ਕੇ ਪੇਸ਼ ਕਰਤਾ ਕਿ ਅਸੀਂ ਬੇਅਦਬੀ ਕਰਨ ਵਾਲੇ ਗੁਨਾਹਗਾਰ ਲੱਭ ਲਏ ਨੇ। ਔਰ ਉਸ ਤੋਂ ਬਾਅਦ ਇਹ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਚੰਡੀਗੜ੍ਹ ਵਿਖੇ ਅਖੇ ਮੈਂ ਅਰਦਾਸ ਕਰਨ ਚੱਲਿਆ। ਇਹ ਝੂਠਾ ਬੰਦਾ ਵਾ, ਇਸਨੇ ਜਾਣ ਕੇ ਉਹਨਾਂ ਦੇ ਚੱਡੇ ਪੜਵਾਏ, ਜਾਣ ਕੇ ਉਹਨਾਂ ਦੇ ਕੋਲੋਂ ਇਹ ਕ੍ਰਾਈਮ ਇਹ ਜਿਹੜਾ ਬੇਅਦਬੀਆਂ ਦਾ ਅਸੀਂ ਕਬੂਲਨਾਮਾ ਕਰਵਾਇਆ। ਔਰ ਉਸ ਤੋਂ ਬਾਅਦ ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਸੀ ਬੇਅਦਬੀ ਦੀ ਉਹਨਾਂ ਨੂੰ ਇਹ ISI ਦੇ ਦਲਾਲ ਕਰਦਾਂਦਾ ਸੀ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਕਹਿੰਦਾ ਸੀਗਾ ਕਿ ਇਹ ਪਾਕਿਸਤਾਨ ਦੇ ਏਜੰਟ ਆ ਔਰ ਇਹ ਕਹਿੰਦਾ ਸੀਗਾ ਕਿ ਇਹ ਸਾਜਿਸ਼ ਬਾਰਡਰ ਤੋਂ ਪਾਰ ਘੜੀ ਗਈ ਆ। ਇਹਦੀ ਸਰਕਾਰ ਵਿੱਚ ਹੁੰਦਿਆਂ, ਮੋਦੀ ਸਾਹਿਬ ਦੀ ਸਰਕਾਰ ਹੁੰਦਿਆਂ ਅਗਰ ਕੋਈ ਸਾਜਿਸ਼ ਬਾਰਡਰ ਤੋਂ ਪਾਰ ਘੜੀ ਜਾਂਦੀ ਸੀਗੀ ਤਾਂ ਕਿਉਂ ਗਵਰਨਮੈਂਟ ਆਫ ਇੰਡੀਆ ਨੇ ਉਸ ਇਲਜ਼ਾਮਾਂ ਦੇ ਉੱਤੇ ਕਿਉਂ ਐਕਸ਼ਨ ਨਹੀਂ ਲਿਆ। ਜਿਹਨਾਂ ਲੋਕਾਂ ਨੇ ਵੀ ਪ੍ਰੋਟੈਸਟ ਕੀਤਾ, ਇਹ ਸੁਖਬੀਰ ਸਿੰਘ ਬਾਦਲ ਨੇ ਆਪਣੀ ਕਮਿਊਨਿਟੀ ਨੂੰ ਸਿੱਖਾਂ ਨੂੰ ਗਦਾਰ ਕਹਿ ਕੇ, ISI ਦੇ ਏਜੰਟ ਕਹਿ ਕੇ, ਦੁਸ਼ਮਣ ਕਹਿ ਕੇ ਉਹਨਾਂ ਦੇ ਉੱਤੇ ਹਰ ਕਿਸਮ ਦੇ ਇਲਜ਼ਾਮ ਲਾਉਂਦਾ ਰਿਹਾ, ਚਾਹੇ ਉਹ ਮੋੜ ਬੰਬ ਬਲਾਸਟ ਸੀ, ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਗਿਆ।